ਸਿੰਘੂ ਬਾਰਡਰ ਤੇ ਇਸ ਵਕਤ ਅਸੀਂ ਮੌਜੂਦ ਹਾਂ। ਵੈਸੇ ਇੱਥੇ ਕੁਰਸੀ ਘੱਟ ਮਿਲਦੀ ਪਈ ਹੈ ਬਹਿਣ ਨੂੰ, ਕਿਉਂਕਿ ਅੰਦੋਲਨ ਦੇ ਵਿੱਚ, ਸੰਘਰਸ਼ ਦੇ ਵਿੱਚ ਤੁਹਾਨੂੰ ਬੈਠਣ ਦੀ ਜਗ੍ਹਾ ਮਿਲਣੀ ਮਿਲਣੀ ਚਾਹੀਦੀ, ਕਿਉਂਕਿ ਅੰਦੋਲਨ ਹੈ ਉਹਨਾਂ ਲੋਕਾਂ ਦਾ ਹੁੰਦਾ, ਉਹਨਾਂ ਅਣਖੀਆਂ ਦਾ ਹੁੰਦਾ ਜਿਹੜੇ ਖੜ੍ਹੇ ਹੋ ਕੇ, ਜਿਹੜੇ ਭੱਜ ਦੌੜ ਕਰਕੇ ਇਸ ਅੰਦੋਲਨ ਦੇ ਵਿੱਚ ਆਪਣੀ ਜਿੱਤ ਹਾਸਲ ਕਰਦੇ ਆ, ਮੁਕਾਮ ਹਾਸਲ ਕਰਦੇ ਆ। ਬਹੁਤ ਵੱਡੇ ਵੱਡੇ ਨਾਮ ਇੱਥੇ ਪਹੁੰਚੇ। ਇਹਨਾਂ ਵਿੱਚ ਇੱਕ ਨਾਮ ਹੈ ਸ਼ਾਇਰਾ ਸੁਖਵਿੰਦਰ ਅੰਮ੍ਰਿਤ। ਤਿੰਨ ਦਹਾਕਿਆਂ ਦਾ ਇਹਨਾਂ ਤਜਰਬਾ, ਤਿੰਨ ਦਹਾਕਿਆਂ ਤੋਂ ਸਾਹਿਤ ਨਾਲ ਜੁੜੇ ਹੋਏ, ਤਕਰੀਬਨ 9 ਕਿਤਾਬਾਂ ਇਹ ਸਾਹਿਤ ਦੀ ਝੋਲੀ ਪਾ ਚੁੱਕੇ ਆ। ਲੜੀਵਾਰ ਇਹਨਾਂ ਦਾ ਲਗਾਤਾਰ ਪੇਪਰ ਦੇ ਵਿੱਚ, ਅਖਬਾਰ ਦੇ ਵਿੱਚ ਤੁਸੀਂ ਪੜ੍ਹਦੇ ਰਹੇ ਹੋ। ਅੱਜ ਤੋਂ 20 ਸਾਲ ਪਹਿਲਾਂ ਉਹ ਲੜੀਵਾਰ ਛਪਦਾ ਰਿਹਾ। ਗੀਤ, ਗਜ਼ਲ, ਨਜ਼ਮ, ਸ਼ਾਇਰਾ ਸੁਖਵਿੰਦਰ ਅੰਮ੍ਰਿਤ ਸਾਡੇ ਨਾਲ ਹੈ। ਸੁਖਵਿੰਦਰ ਅੰਮ੍ਰਿਤ ਜੀ, ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ। ਤੁਸੀਂ ਇਸ ਅੰਦੋਲਨ ਵਿੱਚ ਕਿਉਂ ਆ ਗਏ? ਇਸ ਅੰਦੋਲਨ ਵਿੱਚ ਆਉਣਾ ਬਣਦਾ ਸੀਗਾ, ਕਿਉਂਕਿ ਅੰਦੋਲਨ ਸਾਡੇ ਲਈ ਆ। ਅਸੀਂ ਲੋਕ ਹਾਂ ਸਾਰੇ ਇਕੱਠੇ ਹੋ ਕੇ, ਜਿਹੜੇ ਸਾਡੇ ਕਾਲੇ ਕਾਨੂੰਨ ਸਾਡੇ ਲਈ ਬਣਾਏ ਆ ਸਰਕਾਰ ਨੇ, ਜਿਹੜੇ ਕਿ ਸਾਨੂੰ ਚਾਹੀਦੇ ਨਹੀਂ ਸੀ, ਜਿਹੜੇ ਅਸੀਂ ਮੰਗੇ ਨਹੀਂ ਸੀ, ਜਿਹਨਾਂ ਦੀ ਸਾਨੂੰ ਲੋੜ ਨਹੀਂ ਸੀ, ਅਸੀਂ ਉਹਨਾਂ ਨੂੰ ਰੱਦ ਕਰਾਉਣ ਲਈ ਆਏ ਹਾਂ। ਤੁਸੀਂ ਇੱਥੇ ਮੋਰਚਾ ਸਾਂਭੀ ਬੈਠੇ ਹੋ, ਮੈਂ ਤਕਰੀਬਨ ਕੁਝ ਦਿਨਾਂ ਤੋਂ ਤੁਹਾਨੂੰ ਦੇਖ ਰਿਹਾ। ਸੁਖਵਿੰਦਰ ਅੰਮ੍ਰਿਤ, ਇੱਥੇ ਆ ਕੇ ਕੀ ਮਹਿਸੂਸ ਹੋਇਆ? ਇੱਕ ਜਿਹੜਾ ਲੇਖਕ ਹੁੰਦਾ, ਜਿਹੜਾ ਸਾਹਿਤ ਦੇ ਨਾਲ ਰਚਿਆ ਮਿਚਿਆ, ਸ਼ਾਇਰੀ ਦੇ ਨਾਲ ਰਚਿਆ ਮਿਚਿਆ, ਉਹ ਬੜਾ ਕੋਮਲ ਹੁੰਦਾ ਅੰਦਰੋਂ। ਮੈਂ ਬਾਹਰੋਂ ਨਹੀਂ ਗੱਲ ਕਰ ਰਿਹਾ, ਅੰਦਰੋਂ ਬੜਾ ਕੋਮਲ ਹੁੰਦਾ। ਕੀ ਮਨ ਕੀਤਾ ਵੀ ਕੀ ਮੈਂ ਇਹਨਾਂ 'ਤੇ ਲਿਖਾਂ, ਕੀ ਬੋਲਾਂ? ਅਸਲ 'ਚ ਜਿਹੜੇ ਅੰਦਰੋਂ ਕੋਮਲ ਹੁੰਦੇ ਆ, ਜਿਹੜੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਆ, ਜਿਹਨਾਂ ਦੇ ਵਿੱਚ ਉਹੀ ਜ਼ਿਆਦਾ ਜਜ਼ਬਿਆਂ ਵਾਲੇ ਵੀ ਹੁੰਦੇ ਆ, ਉਹੀ ਜ਼ਿਆਦਾ ਜੁਝਾਰੂ ਵੀ ਹੁੰਦੇ ਆ। ਔਰ ਮੈਂ ਇਸ ਜਿਹੜੀ ਲੁਕਾਈ ਦੀ ਪੀੜ ਸੀ, ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ, ਸਾਡੇ ਛੋਟੇ ਬਿਜ਼ਨਸਮੈਨਾਂ, ਦੁਕਾਨਦਾਰਾਂ ਦੀ ਜਿਹੜੀ ਇਹ ਪੀੜ ਸੀਗੀ, ਔਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਰਾਤੋ ਰਾਤ ਸਾਡੇ 'ਤੇ ਇਹ ਕਹਿਰ ਢਹਿ ਗਿਆ, ਜਦੋਂ ਅਸੀਂ ਲੋਕਡਾਊਨ ਦੇ ਵਿੱਚ ਬੰਦ ਸੀ ਅਤੇ ਸਰਕਾਰ ਨੇ ਕਾਲੇ ਕਾਨੂੰਨ ਪਾਸ ਕਰਕੇ ਸਾਡੇ ਮੂਹਰੇ ਰੱਖਤੇ, ਔਰ ਬਸ ਫਿਰ ਉੱਦਣ ਤੋਂ ਹੀ ਕਵਿਤਾਵਾਂ, ਨਜ਼ਮਾਂ, ਗੀਤ ਲਿਖਣੇ ਸ਼ੁਰੂ ਹੋ ਗਏ। ਮਤਲਬ ਮੇਰਾ ਮਨ ਬਹੁਤ ਜ਼ਿਆਦਾ ਭਾਵਕ ਹੋ ਗਿਆ, ਔਰ ਜਦੋਂ ਦੀਆਂ ਖਬਰਾਂ ਸੁਣੀਆਂ, ਬਸ ਫਿਰ ਘਰ ਰਹਿ ਹੀ ਨਹੀਂ ਹੋਇਆ। ਜਦੋਂ ਇੱਥੇ ਇਕੱਠੇ ਹੋਏ ਅਸੀਂ, ਅਤੇ ਮੈਂ ਵੀ ਆ ਗਈ, ਔਰ ਇੱਥੇ ਆ ਕੇ ਵੀ ਜਿਸ ਤਰ੍ਹਾਂ ਮੈਂ ਦੇਖਿਆ ਸਾਡੇ ਨੌਜਵਾਨਾਂ ਨੇ, ਜਿਵੇਂ ਸੜਕਾਂ ਦੇ ਪਾੜ ਪੂਰੇ, ਜਿਵੇਂ ਐਡੇ ਐਡੇ ਪੱਥਰ ਪਾਸੇ ਹਟਾਏ ਉਹਨਾਂ ਨੇ, ਜਿਵੇਂ ਉਹਨਾਂ ਨੇ ਠੰਡ ਦੇ ਵਿੱਚ ਪਾਣੀ ਦੀਆਂ ਵਿਛਾੜਾਂ ਸਹਿ ਕੇ ਆਪਣੇ ਪਿੰਡਿਆਂ 'ਤੇ ਸਾਡੇ ਬਜ਼ੁਰਗਾਂ ਨੇ, ਸਾਡੇ ਬੱਚਿਆਂ ਨੇ, ਤਾਂ ਬਸ ਰਹਿ ਨਹੀਂ ਹੋਇਆ ਘਰ। ਫਿਰ ਮੈਂ ਵੀ ਬੋਰੀਆ ਬਿਸਤਰਾ ਚੁੱਕ ਕੇ ਆ ਗਈ, ਔਰ ਅਸੀਂ ਤਾਂ ਫੁੱਲਾਂ 'ਤੇ ਮੋਹਰਾਂ ਲਾਈਆਂ ਸੀਗੀਆਂ ਵੀ ਸਾਨੂੰ ਫੁੱਲ ਮਿਲਣਗੇ ਖਣੀ, ਪਰ ਸਾਨੂੰ ਕੀ ਪਤਾ ਸੀ ਸਾਡੇ ਰਾਹਾਂ ਦੇ ਵਿੱਚ ਕੰਡੇ ਵਿਛ ਜਾਣੇ ਆ, ਸਾਡੇ ਰਾਹਾਂ ਦੇ ਵਿੱਚ ਐਡੇ ਐਡੇ ਪੱਥਰ ਧਰ ਦੇਣੇ ਆ ਇਹਨਾਂ ਨੇ, ਸਾਡੇ ਰਾਹਾਂ ਦੇ ਵਿੱਚ ਅੱਗ ਦੇ ਗੋਲੇ ਵਰਨਗੇ, ਸਾਨੂੰ ਕੀ ਪਤਾ ਸੀ। ਮੈਂ ਫਿਰ ਲਿਖਿਆ ਸੀਗਾ ਵੀ ਮੋਹਰ ਤਾਂ ਲਾਈ ਸੀ ਫੁੱਲ ਦੇ ਨਿਸ਼ਾਨ 'ਤੇ, ਇਹ ਰਾਹਾਂ ਦੇ ਵਿੱਚ ਅੱਗ ਕਿੱਥੋਂ ਆ ਗਈ, ਰਾਹਾਂ ਦੇ ਵਿੱਚ ਅੱਗ ਕਿੱਥੋਂ ਆ ਗਈ, ਮੋਹਰ ਤਾਂ ਲਾਈ ਸੀ ਫੁੱਲ ਦੇ ਨਿਸ਼ਾਨ 'ਤੇ। ਸੋ ਦਿਲ ਬਹੁਤ ਮਤਲਬ ਰੋਹ ਦੇ ਨਾਲ ਭਰ ਗਿਆ, ਰੋਸ ਦੇ ਨਾਲ ਭਰ ਗਿਆ। ਹੁਣ ਦਿੱਲੀ ਦੇ ਦਰਵਾਜ਼ੇ 'ਤੇ ਬੈਠੇ ਹਾਂ, ਦੇਖੋ ਹੁਣ ਕਦੋਂ ਹਕੂਮਤ ਸਾਡਾ ਦੁੱਖ ਸੁਣਦੀ ਹੈ, ਸਾਡਾ ਦੁੱਖ ਵਡਾਉਂਦੀ ਆ। ਮੈਨੂੰ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਨਜ਼ਰ ਆ ਰਿਹਾ। ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਮੈਂ ਅੱਜ ਮੇਰੇ ਅੱਖਾਂ ਦੇ ਵਿੱਚ ਵਾਰ ਵਾਰ ਪਾਣੀ ਆਉਂਦਾ, ਕਈ ਕਾਰਨਾਂ ਕਰਕੇ ਆਉਂਦਾ। ਇੱਕ ਤਾਂ ਮੈਂ ਆਪਣੇ ਪੰਜਾਬ ਨੂੰ ਜਦੋਂ ਇੰਨਾ ਨੇੜਿਓਂ ਦੇਖਿਆ, ਔਰ ਪੰਜਾਬ ਦੇ ਨਾਲ ਹਰਿਆਣੇ ਦੀ ਜਿਹੜੀ ਇੱਕ ਮਿੱਕਤਾ ਦੇਖੀ, ਉਹਨਾਂ ਦੇ ਪੁਰਾਣੇ ਜਜ਼ਬਾਤ ਜਾਗ ਆਏ ਵੀ ਅਸੀਂ ਇੱਕ ਸੀਗੇ, ਅਸੀਂ ਚਲੋ ਹੁਣ ਵੀ ਉਹ ਕਹਿੰਦੇ ਅਸੀਂ ਛੋਟਾ ਵੱਡਾ ਭਰਾ ਵਾਂ, ਪਰ ਉਹ ਜਦੋਂ ਮਿਲਦੇ ਆ ਹਰਿਆਣੇ ਵਾਲੇ ਅਤੇ ਪੰਜਾਬ ਵਾਲੇ, ਅਸੀਂ ਤਾਂ ਚਲੋ ਸਾਡੇ ਸੁਰਤ ਤੋਂ ਪਹਿਲਾਂ ਦੀਆਂ ਗੱਲਾਂ ਨੇ ਵੀ ਕਿਵੇਂ ਵੰਡੇ ਗਏ ਅਸੀਂ, ਪਰ ਉਹਨਾਂ ਦੀ ਜਿਹੜੀ ਜਜ਼ਬਾਤੀ ਸਾਂਝ ਦੇਖ ਕੇ, ਉਹਨਾਂ ਦੀਆਂ ਗੱਲਾਂ ਸੁਣ ਕੇ, ਔਰ ਸਾਰਿਆਂ ਦੇ ਵਿੱਚ ਇੰਨਾ ਪਿਆਰ ਦੇਖ ਕੇ, ਔਰ ਮੈਂ ਦੇਖਿਆ ਵੀ ਜਦੋਂ ਭੀੜ ਭੜੱਕੇ ਦੇ ਵਿੱਚ ਜਾਈਏ ਨਾ, ਕੋਈ ਮੋਢਾ ਮਾਰ ਜਾਂਦਾ, ਕੋਈ ਕੂਹਣੀ ਮਾਰ ਜਾਂਦਾ, ਪਰ ਇੱਥੇ ਇੰਨਾ ਪ੍ਰੇਮ, ਇੰਨੀ ਸ਼ਰਧਾ, ਔਰ ਇੰਨਾ ਜਿਵੇਂ ਕੋਈ ਤੀਰਥ ਉਸਰ ਆਇਆ ਹੋਵੇ ਇਸ ਬਾਰਡਰ ਦੇ ਉੱਤੇ, ਸਾਰੇ ਤੀਰਥ ਵਿੱਚ ਵਿਚਰ ਰਹੇ ਆ, ਔਰ ਇੱਕ ਸਾਂਝੇ ਮਿਸ਼ਨ ਦੇ ਲਈ, ਸਾਂਝੇ ਮਕਸਦ ਲਈ ਸਾਰੇ ਲੜ ਰਹੇ ਆ, ਔਰ ਬਹੁਤ ਹੀ ਚੰਗਾ ਲੱਗ ਰਿਹਾ ਇਹਨਾਂ ਦੇ ਇਹ ਪ੍ਰੇਮ ਭਾਵ ਨੂੰ ਦੇਖ ਕੇ, ਔਰ ਪੰਜਾਬ ਦੀ ਜਵਾਨੀ ਨੂੰ ਦੇਖ ਕੇ ਬਹੁਤ ਮਾਣ ਹੋ ਰਿਹਾ, ਔਰ ਪੰਜਾਬ ਦੇ ਜਿਹੜੇ ਬਜ਼ੁਰਗ ਆ, ਜਿਹੜੇ ਇੱਥੇ ਠੰਡ ਦੇ ਵਿੱਚ ਟਰਾਲੀਆਂ ਦੇ ਥੱਲੇ ਪਏ ਨੇ ਠੰਡ ਦੇ ਵਿੱਚ, ਉਹਨਾਂ ਲਈ ਵੀ ਬਹੁਤ ਮਨ ਦੇ ਵਿੱਚ ਮਾਣ ਮਹਿਸੂਸ ਹੋ ਰਿਹਾ। ਔਰ ਜੇ ਸਾਡੇ ਬਜ਼ੁਰਗ ਮੂਹਰੇ ਲੱਗੇ ਆ, ਤਾਂ ਹੀ ਮੇਰਾ ਖਿਆਲ ਸਾਡੀ ਜਿਹੜੇ ਜਵਾਨ ਆ ਉਹਨਾਂ ਨੂੰ ਸੁਰਤ ਆਈ ਆ, ਵੀ ਉਹਨਾਂ ਨੇ ਬਜ਼ੁਰਗਾਂ ਨੂੰ ਦੇਖਿਆ ਵੀ ਸਾਡੇ ਕਿਵੇਂ ਬਜ਼ੁਰਗ ਡਟੇ ਖੜ੍ਹੇ ਆ, ਅਤੇ ਹੁਣ ਉਹਨਾਂ ਦਾ ਵੀ ਖੂਨ ਖੌਲ ਉੱਠਿਆ, ਉਹ ਵੀ ਆ ਗਏ, ਫਿਰ ਕਹਿੰਦੇ ਵੀ ਚਲੋ ਬਾਪੂ ਜੀ ਅਸੀਂ ਵੀ ਚੱਲਦੇ ਹਾਂ, ਅਤੇ ਉਹਨਾਂ ਨੇ ਆ ਕੇ ਫਿਰ ਰਾਹ ਪੱਧਰੇ ਕਰਤੇ, ਜਿਹੜੇ ਪਾੜ ਪਾਏ ਸੀਗੇ ਸੜਕਾਂ 'ਚ ਪੂਰਤੇ ਉਹਨਾਂ ਨੇ। ਸੋ
उन्होंने अपने पिंडियां ते अथरू गैस के गोले सह के पानी के बछाड़ा सह के जिमें राह पद्धरे किए उन्होंने जवानों से माण कर दी मैं उन्होंने भी मेरे मन के प्रेम पैदा होया और भावुक हुई मैं बार बार और मैं एक शेर होर कहूँगी बई सुखावें रस्तियां ते तोर साड़ी बहुत धीमी सी सुखावें रस्तियां ते तोर साड़ी बहुत धीमी सी भला कीता तुसी जो अगन राहां विच विछा दित्ती। मैनू इन्हां तुहाडियां सत्रां तों समझ आ रहा है कि अंदोलन ने एक मिक कर दिता ये जिहड़ी जिहड़ी अग विछाई गई है उस अग ने सारिआं नूं जोड़ता यही कहना चाह रहे हो तुसी? हाँ जी बिल्कुल जिवें असीं हुण सारे कोई मतलब जात पात ऊंच नीच गोत जो भी कौम वर्ग सब हद्दां बन्ने ढा के जिवें सर ऊंच नीच के भेदभाव तो मुक्त हो के जिवें साडे लोक एक मुठ हो गए इन्ने सूबियां दीआं हद्दां ढह गईआं और पूरे संसार दे विच इस अंदोलन नूं जिवें समर्थन मिल रहा वो साडा साडा जानी हौसले बुलंद ने और सानू अपने आप ते अपने एके ते बहुत माण हो रहा। अमृत जी जदों कहिंदे जिन्हां कोल कलमां हुंदीआं उहनां नूं हथियार चक्कण दी लोड़ नहीं पैंदी गी ये कलमां हुण उन्हां हथियारां तों भी ज़्यादा तिखियां हो गईआं कुछ बदलिया कलमां ने जिहड़े तुहाडे नाल दे तुहाडे साथी है उन्हां कलमां ने कुछ बदलिया जां कलमां उवें चलदियां रहणगियां जिवें पहलां लिखदियां सी जां वो कलमां होर जिहड़ियां संघर्षमई हो गईआं? नहीं बिल्कुल जदों कोई लहर उठती आ तो साहित भी उहदे विच भी फर्क आउंदा लेखक भी उस लहर दे नाल जुड़ के नवां साहित रचदे आ और साहित ते भी उहदा असर पैंदा और जिहड़ा साहित रचा जांदा लहरां दे दौरान उस साहित दा लहरां ते असर पैंदा क्योंकि हर लहर जिहड़ी आ कवितावां गा गा के जवान हुंदी आ बारां गा गा के योध्यां नूं जोश आउंदा ते उह फिर लड़ाई दे मैदान च कुद्दे आ सो सारा कुछ नवां हो रहा और वधिया हो रहा और सारा कुछ असी जंग जित के जावांगे सो इस गल दा पूरा यकीन आ। शायरा अमृत ने नवां की लिख दिता? मैं भी काफ़ी कुछ लिखिया हुणे बारस भरावां ने मेरा एक गीत रिकॉर्ड कराया जिहड़ा कि अंदोलन के समर्थन में ही आ तीन चार दिन पहला ही आया वो गीत उहदे मैं बोल सुना दिंदी हाँ कि कलेजे तीर वेखण नूं ते सिर ते ताज वेखण नूं कलेजे तीर वेखण नूं ते सिर ते ताज वेखण नूं जमाना रुक गया तेरा उही अंदाज वेखण नूं ओ शेरा उठ जरा ते फिर उही जलवे विखा अपने ओ शेरा उठ जरा ते फिर उही जलवे विखा अपने बड़ी बेताब है दुनिया तेरी परवाज वेखण नूं जे मुद्दा हक दा होया ता तीरां वांग टकरांगे जे मुद्दा हक दा होया ता तीरां वांग टकरांगे असी बैठे नहीं हाँ सिर ते उड़दे बाज वेखण नूं असी बैठे नहीं हाँ सिर ते उड़दे बाज वेखण नूं। बहुत धन्यवाद सुखविंदर अमृत तुहाडा जिहड़ी गल्लां इन्होंने कही है कि असी आपदे हक्कां दे खातर उन्हां सारिआं नाल लड़ लवांगे जिहड़े इस किसान नूं इस खेती सैक्टर नूं नोचन दे लिए अगे वधदे पए आ उन्हां खिलाफ लड़ना हैगा इस लई सुखविंदर अमृत कह रहे कि असी इत्थे बैठे हैं तो उदों ही जावांगे जो लड़ाई जित्ती जाऊगी। ये अंदोलन दे विच लगातार जिहड़ा वो हजूम वधदा जा रहा तो हर वर्ग आ जिहड़ा वो इस अंदोलन नाल जुड़दा रहा। कैमरा पर्सन प्रदीप दे नाल मैं KP सिंह जस पंजाबी दे लई दिल्ली तों।